हाँ जी, सत श्री अकाल जी। सारे ही सत्कारयोग किसान वीर भैन भरावां नूं जी, ते अज पहुंचे हां जी पिंड सरदूले वाला, जिला मानसा, जिहड़ा पिंड इह सरदूले वाला सरदूलगढ़ दे नाल लगदा घग्गर दरिया दे किनारे ते वसिया होया पिंड आ। ते भरावो, अज आपां गल करदे हां प्याज दी पनीरी संबंधी। बहुत वड्डी पद्धर ते प्याज दी पनीरी बेचदी है पिंड सरदूले वाले दे विच। जे आपां इहनूं प्याज की पनीरी का गढ़ पिंड भी कह सकते हैं, क्योंकि कई एकड़ां दे विच इत्थे पनीरी बेचती है। बहुत मशहूर है, पुरानी विरासत, पुराने बुजुर्गों तो यह लाइन चली आ रही है। तो सोडी कराउणे आ भरावो, गल करदे आ जानकारी हासिल ते करदे आ विचार वटांदरा। हाँ हरप्रीत वीरे, संधू होर वीरे, ठीक है जी। बाई जी, वीरां नाल करो जानकारी शेयर भी तुसी केड़ा बीज छिड़क रहे हो। ते अज तरीक हो गई 15/10/2023, ते किन्नी जगह, सब कुछ डिटेल। हाँ वीरे, कल अज 15 तरीक नूं आपां छिड़क रहे हैं जी। बाई जी, जिहड़ा अपना देसी प्याज है ना, सरदूलिया दे नां तों मशहूर है जिहड़ा। ठीक है जी, ठीक है ना। सरदूलिया दे नां तों अपने कोल 150-200 किलोमीटर तक भी लोग लैके जांदे आ इहनूं, प्याज नूं। ठीक है, खाण दे विच बहुत सवाद है वीरे। मतलब कि ਇਹਦਾ ਝਾੜ ਵੀ ਬਹੁਤ ਜ਼ਿਆਦਾ ਦੂਜੇ ਦੇ ਮੁਕਾਬਲੇ। ਅੱਛਾ, ਦੇਸੀ ਪਿਆਜ਼ ਦੇ ਨਾਲ ਨਾਲ ਮਸ਼ਹੂਰ ਆ ਆਪਣਾ। ਠੀਕ ਹੈ। ਤੇ ਆਪਾਂ ਜਿਹੜਾ ਇਹਨੂੰ ਲਾਉਂਦੇ ਆਪਾਂ 2-2.5 ਏਕੜ ਤਾਂ ਆਪਾਂ ਆਪ ਦੇ ਵੱਲੋਂ ਲਾ ਰਹੇ ਹਾਂ, ਹੋਰ ਪਿੰਡ ਦੇ ਵਿੱਚ ਹੋਰ ਵੀ ਲੱਗਦੀ ਆ। ਅੱਛਾ, 2-2.5 ਏਕੜ ਤੁਸੀਂ ਇਹ ਪਨੀਰੀ ਛਿੜਕ ਰਹੇ ਹੋ। ਹਾਂਜੀ ਬਾਈ ਜੀ, ਠੀਕ ਹੈ ਨਾ ਗੱਲ। ਤੇ ਆਪਾਂ ਹਰ ਸਾਲ ਲਾਉਂਦੇ ਆ ਵੀ ਆਪਣਾ ਜਿਹੜਾ ਪਿੰਡ ਹੈ ਦੇ ਲਾ ਲਓ ਵੀ ਜਿਹੜਾ ਆਪਣਾ ਐਡਰੈਸ ਹੈਗਾ ਗਾ ਵੀ ਰੋੜੀ ਰੋਡ ਦੇ ਉੱਪਰ ਬੱਸ ਸਟੈਂਡ ਦੇ ਨਾਲ, ਬਿਲਕੁਲ ਸਿਨੇਮੇ ਦੇ ਨਾਲ। ਠੀਕ ਹੈ। ਉੱਥੇ ਹੈ ਜੀ ਡਾਕਟਰ ਨਰਸਰੀ ਦੇ ਨਾਂ ਤੇ ਆਪਣੀ ਨਰਸਰੀ ਆ। ਡਾਕਟਰ ਨਰਸਰੀ? ਹਾਂਜੀ, ਡਾਕਟਰ ਨਰਸਰੀ ਦੇ ਨਾਂ ਤੇ ਆਪਣੀ ਨਰਸਰੀ ਆ ਬਾਈ। ਠੀਕ ਹੈ। ਨੰਬਰ ਜੀ, ਨੰਬਰ ਲਿਖੋ ਵੀਰੇ, 99-910-00-286। ਠੀਕ ਹੈ ਜੀ। ਕਿਸੇ ਵੀ ਵੀਰ ਨੂੰ ਚਾਹੀਦੀ ਹੋਵੇ 15 ਦਸੰਬਰ ਤੱਕ ਰੈਡੀ ਹੋ ਜੂ ਬਾਈ ਜੀ ਪਨੀਰੀ। ਕਿਸੇ ਵੀ ਬੰਦੇ ਨੂੰ ਚਾਹੀਦੀ ਹੋਈ 15 ਦਸੰਬਰ ਤੱਕ ਤਿਆਰ ਹੋ ਜੂ, ਤਿਆਰ ਹੋ ਜੂ ਬਾਈ ਜੀ। ਕੋਈ ਵੀ ਵੀਰ ਭਰਾ ਭੈਣ ਜੀ ਜਿਹਨੂੰ ਜਿੰਨੀ ਵੀ ਲੋੜ ਹੈ, ਕਿਸੇ ਨੇ ਘਰੇਲੂ ਬਗੀਚੀ ਲਾਉਣੀ ਆ ਨਾ, ਲਾਉਣੀ ਹੈ ਵੀਰੇ, ਤਾਂ ਜਾਂ ਵੱਡੀ ਪੱਧਰ ਤੇ ਲਾਉਣਾ। ਹਾਂਜੀ, ਪਿਆਜ। ਹਾਂਜੀ ਬਾਈ। ਤੇ ਬਾਈ ਜੀ, ਇੱਕ ਕਹਿ ਦਿੰਦੇ ਆ ਵੀ ਇਹ ਗੰਡੇਲ ਕੱਢ ਜਾਂਦੇ ਆ ਵਿੱਚ ਵਿੱਚ, ਗੰਡੇਲ ਦੇ ਬਾਰੇ ਜ਼ਰੂਰ ਜਾਣ। ਗੰਡੇਲ ਵੀਰੇ ਦੇਖੋ, ਜਿਹੜਾ 1-2-4% ਤਾਂ ਕੁਦਰਤ ਵੱਲੋਂ ਆ, ਜਿਹੜਾ ਪਰਪਰਾਗਣ ਦੀ ਕਿਰਿਆ ਦੇ ਵਿੱਚ ਲਾ ਲਓ ਕੋਈ ਦਿੱਕਤ ਆਉਂਦੀ ਹੈ ਜਾਂ ਕਿਵੇਂ ਲਾ ਲਓ ਉਹਦੇ ਚੱਕਰ ਹੈਗਾ, ਬਟ ਜਿਹੜਾ ਸਹੀ ਦੇਸੀ ਬੀਜ ਪੱਕਿਆ ਹੋਇਆ ਨਾ ਉਹਦੇ ਵਿੱਚ ਕੋਈ ਚੱਕਰ ਨਹੀਂ ਆਉਣਾ। ਉਹ ਪੰਜ ਮਤਲਬ ਕਿ ਲਾ ਲਓ ਵੱਧ ਤੋਂ ਵੱਧ 2%, 100 ਗੰਢਾ ਮਗਰ 1-2 ਤਾਂ ਨਿਕਲ ਸਕਦੇ ਆ, ਜ਼ਿਆਦਾ ਨਹੀਂ ਨਿਕਲਣਗੇ ਬਾਈ। ਜਿਹੜੇ ਬੰਦੇ ਮੁੱਲ ਦਾ ਲਿਆ ਕੇ ਬੀਜ ਗੰਢਿਆ ਲੈਂਦੇ ਆ ਬਾਹਰੋਂ ਮਾਰਕੀਟ ਦੇ ਵਿੱਚੋਂ ਲਿਆ ਕੇ, ਉਹ ਸਸਤਾ ਮਿਲ ਜਾਂਦਾ। ਜਿਹੜਾ ਆਪਣੇ ਵਾਲਾ ਬੀਜ ਆ ਇਹਦੀ ਤਾਂ ਲਾ ਲਓ ਵੀ ਡਿਮਾਂਡ ਬਹੁਤ ਜ਼ਿਆਦਾ ਆ। ਠੀਕ ਆ, ਇਹਦਾ ਰੇਟ ਵੀ 3,000 ਰੁਪਏ ਕਿਲੋ ਨੂੰ ਆ। ਠੀਕ ਹੈ ਨਾ ਗੱਲ। ਜਿਹੜਾ ਬਾਹਰੋਂ ਮਿਲ ਜਾਂਦਾ ਪਿਛਲੇ ਸਾਲ ਜਿਵੇਂ ਲਾ ਲਓ ਵੀ 700-800 ਮਿਲ ਗਿਆ, ਐਤਕੀ ਮਿਲ ਗਿਆ, ਉਦੋਂ ਵੀ ਸਸਤਾ ਮਿਲ ਰਿਹਾ ਵੀ। ਅੱਛਾ, ਹਾਂ ਠੀਕ ਹੈ ਨਾ ਗੱਲ। ਇਹ ਤੁਹਾਡਾ ਵੀ ਘਰ ਦਾ ਦੇਸੀ ਵੀ ਆਪ ਤਿਆਰ ਕਰੀਦਾ ਵੀਰੇ, ਇਹਦੇ ਵਿੱਚ ਕੋਈ ਦਿੱਕਤ ਨਹੀਂ ਕਿਸੇ ਨੂੰ ਵੀ, ਨਾ ਕੋਈ ਰਲਾਵਟ। ਆਪਣਾ ਪਿਤਾ ਪੁਰਖੀ ਧੰਦਾ ਹੈ। ਠੀਕ ਹੈ, ਮੇਰੇ ਦਾਦਾ ਜੀ ਉਹਰਾ ਤੋਂ ਲੈ ਕੇ ਲਾਉਂਦੇ ਆ ਅਸੀਂ ਪੁਰਾਣੇ। ਠੀਕ ਹੈ ਗੱਲ। ਤੇ ਉਸ ਤੋਂ ਲੈ ਕੇ ਚੱਲ ਰਿਹਾ ਅੱਜ ਤੱਕ ਕੰਮ। ਠੀਕ ਹੈ ਨਾ। ਅੱਛਾ, ਇਹਦੇ ਵਿੱਚ ਇਹ ਦੱਸੋ ਬਾਈ, 20 ਆ ਜਿਵੇਂ, ਠੀਕ ਹੈ, ਜਿਹੜਾ ਉਹ ਮੁੱਲ ਦਾ ਵੀ ਹੋਊਗਾ। ਠੀਕ ਹੈ, ਉਹ ਤੁਹਾਨੂੰ ਕਿੰਨਾ ਸਫਾਈਦਾਰ ਜ਼ਿਆਦਾ ਮਿਲੂ ਆਪਣੇ ਨਾਲ। ਠੀਕ ਹੈ, ਇਹ ਘਰੇਲੂ ਵੀਰ ਆ ਆਪਣੀ, ਤਾਂ ਇਹੀ ਜ਼ਿਆਦਾ ਆ ਵੀ, ਕਿਉਂਕਿ ਆਪਾਂ ਆਮ ਕੱਢ ਕੇ ਰੱਖਿਆ ਹੋਇਆ। ਠੀਕ ਵੀ ਹੈ, ਠੀਕ ਹੈ ਨਾ ਗੱਲ। ਇਹ ਆਪਾਂ ਬਾਕੀ ਦੂਸਰੀ ਗੱਲ ਲਾ ਲਓ ਵੀ ਇਹ ਆਪਣੀ ਪੌਣੇ ਕੁ ਮਰਲੇ ਦੀ ਵੀਰੇ ਕਿਆਰੀ ਬਣਦੀ ਹੈ। ਪੌਣੇ ਮਰਲੇ ਦੀ ਇਹਦੇ ਵਿੱਚ 400 ਗ੍ਰਾਮ ਬੀਜ ਪਾ ਦੇਈਦਾ ਮਰਲੇ ਦਾ 400 ਗ੍ਰਾਮ। ਹਾਂ, 400 ਗ੍ਰਾਮ ਬੀਜ ਪਾ ਦੇ, ਤਕਰੀਬਨ ਵੀ 8 ਕਿਲੋ ਕਨਾਲ ਦੇ ਨਾਲ ਜੇ ਸਹੀ ਵਾਹਣ ਬਣਿਆ ਹੋਇਆ। ਜਿਹੜਾ ਡਲੀਆਂ ਵਾਲਾ ਵਾਹਣ ਆ ਜ਼ਿਆਦਾ ਵੀਰੇ, ਉਹਦੇ ਵਿੱਚ 10 ਕਿਲੋ ਵੀ ਪੈ ਜਾਂਦਾ। ਠੀਕ ਹੈ, ਜਿਹੜਾ ਪੀਕ ਜ਼ਿਆਦਾ ਬਣੀ ਆ ਵਾਹਣ ਦੀ ਉਹਦੇ ਵਿੱਚ ਤਾਂ ਤੁਸੀਂ ਇਹ ਲਾ ਲਓ ਵੀ 8 ਕਿਲੋ ਕਨਾਲ ਦਾ ਬਹੁਤ ਰਹਿੰਦਾ। ਜਿਵੇਂ ਹੁਣ ਆਹ ਪੂਰੀ ਪੀਕ ਬਣੀ ਪਈ ਆ ਨਾ, ਬਣੀ ਹੋਈ ਆ ਬਾਈ ਜੀ, ਉੱਧਰ ਵੀਰ ਕਿਆਰੀਆਂ ਪੱਧਰ ਕਰ ਰਿਹਾ ਜਿੰਦਰੇ ਨਾਲ। ਹਾਂਜੀ ਹਾਂਜੀ ਬਾਈ, 8 ਕਿਲੋ ਕਨਾਲ ਦਾ ਹੀ ਬਹੁਤ ਆ। ਹਾਂਜੀ ਹਾਂਜੀ ਹਾਂਜੀ, ਇਹ ਦੇਖ ਲਓ ਬਾਈ, ਜਿਹੜਾ ਆਪਣਾ ਲਾ ਲਓ ਵੀ ਲੋਕੇਸ਼ਨ ਹੈਗੀ ਆ ਨੇੜੇ ਸਿਨੇਮਾ, ਬਾਈ ਨੂੰ ਦਿਖਾ ਦੇ ਇੱਕ ਵਾਰੀ, ਗੋਲਡਨ ਸਿਨੇਮਾ ਨਾਲ ਸਰਦੂਲੇ ਵਾਲਾ ਪਿੰਡ ਨੇੜੇ ਗੋਲਡਨ ਸਿਨੇਮਾ। ਹਾਂਜੀ, ਜਿਸ ਵੀ ਵੀਰ ਨੂੰ ਕੋਈ ਪਨੀਰੀ ਦੀ ਜ਼ਰੂਰਤ ਪਵੇ, ਹਾਂਜੀ, ਜਦੋਂ ਪਨੀਰੀ ਤਿਆਰ ਹੋ ਗਈ ਦਸੰਬਰ ਦੇ ਵਿੱਚ, ਹਨਾ। ਹਾਂਜੀ ਹਾਂਜੀ ਬਾਈ, ਤੇ ਤੁਸੀਂ ਵੀਰ ਨਾਲ ਹਰਪ੍ਰੀਤ ਨਾਲ ਸੰਪਰਕ ਕਰਕੇ ਪਨੀਰੀ ਤੁਸੀਂ ਲਿਜਾ ਸਕਦੇ ਹੋ, ਜਿਹੜੇ ਕਿ ਇਹ ਦੇਸੀ ਬੀਜ ਵਧੀਆ ਕੁਆਲਿਟੀ ਦਾ ਤਿਆਰ ਕਰਦੇ ਆ। ਬੀਜ ਵੀ ਵੇਚ ਦਿੰਦੇ ਨੇ ਤੇ ਪਨੀਰੀ ਵੀ ਵੇਚਦੇ ਆ। ਤੇ ਵੀਰੇ, ਗੰਢਿਆਂ ਦੀ ਖਾਸੀਅਤ ਕੀ ਹੈ ਪਿਆਜ਼ ਦੀ? ਗੰਢਿਆਂ ਦੀ ਖਾਣ ਦੇ ਵਿੱਚ ਬਹੁਤ ਸਵਾਦ ਆ ਵੀਰੇ, ਲਾ ਲਓ ਵੀ ਕੜੱਤਣ ਘੱਟ ਹੈ ਦੂਸਰੇ ਪਿਆਜ਼ ਨਾਲੋਂ। ਠੀਕ ਹੈ, ਖਾਣ ਦੇ ਵਿੱਚ
आम लगता भी दूसरे बंद जिहड़ा खाण वाला बंदा इस नूं ज्यादा पसंद करदा भी ठीक है ना भी सदार दे तौर ते खाने जिहड़ी आ पिछले दो साल ज्यादा रुझान सी पनीरी का ला लो भी उन्होंने समय के 50 एकड़ पनीरी भी होंगी पिंड ऐतकी भी आइडिया है भी 25 एकड़ तो होनी होनी है इनी तो हो ही जाती है भाई इनी तो एवरेज है ठीक है ठीक है ना गल गाढ़ा है प्याज की पनीरी का हाँ जी हाँ जी बाकी प्रभो चारे दिशावां तो इतों काले डब वाली काले वाली तो बसा जा इधर आप चंडीगढ़ मानसा सरसा रोड सारिया इतने बसा खड़दिया ने तीन कोनी से बाकी तुम आपो आप साधना से आके भी पनीरी लिजा सकते हो हरप्रीत भीरे पनीरी बीजन ते खर्चा भी बहुत आंदा हाँ जी भीरे खर्चा बहुत आंदा पहला जिवें ला लो भी पहला अज तो ला लो भी 2 महीने 3 महीने हो गए बाण वेला छड्डे नूं 22,000 ने तकरीबन ठीक है भी उस तों पहला थोड़ी इहदे विच ला लो भी झोने दी पनीरी लाई सी उहदी भी आपां कास्त करदे आं उह भी बेचदे आं सेल करन लई लाउने आं जिवें 1509 हो गई 1699 हो गई ठीक है जी अगे वरायटी जिवें 1847 आ उह भी मिलू ਤੇ ਉਸ ਤੋਂ ਲੈ ਕੇ ਹੁਣ ਤੱਕ ਬਾਣ ਵਿਹਲਾ ਪਿਆ ਵੀਰੇ 22,000 ਨੂੰ ਰੋਜ਼ਾਨਾ ਵਾ ਕੇ ਪੀਕ ਬਣਾਤੀ ਕੰਪਿਊਟਰ ਕਰਾਹਾ ਲਾਤਾ ਹੋਰ ਜਿਹੜੀ ਖਾਦਾਂ ਰੂੜੀ ਦੀ ਖਾਦ ਪਾਤੀ ਹੋਰ ਖਾਦਾਂ ਪਾਤੀਆਂ ਜਿਹੜੀਆਂ ਸੀਗੀਆਂ ਨਾ ਖਰਚਾ ਬਹੁਤ ਜ਼ਿਆਦਾ ਵੀਰੇ ਖਰਚਾ ਵੀ ਹੈਗਾ ਮਿਹਨਤ ਹੈ ਮਿਹਨਤ ਕਾਫੀ ਜ਼ਿਆਦਾ ਮਿਹਨਤ ਹੁਣ ਤੁਸੀਂ ਇਹ ਲਾ ਲਓ ਇਸ ਤੋਂ ਬਾਅਦ ਜੇ ਹੁਣ ਲੋਕ ਸੋਚਦੇ ਆ ਵੀ ਇਹਦੇ ਉੱਪਰ ਸਪਰੇ ਕਰ ਦਾਂਗੇ ਆਪਾਂ ਜਿਹੜੀ ਘਾਹ ਵਾਲੀ ਆ ਜਦੋਂ ਸਪਰੇ ਕਰ ਦਾਂਗੇ ਵੀਰੇ ਇੰਨੀ ਜਰਮੀਨੇਸ਼ਨ ਨਹੀਂ ਹੁੰਦੀ ਇਹਦੀ ਹਾਂ ਸਪਰੇ ਸਟੰਪ ਕਰ ਦਿੰਦੇ ਜਰਮੀਨੇਸ਼ਨ ਨਹੀਂ ਹੁੰਦੀ ਛਿੱਦੀ ਰਹਿ ਜਾਂਦੀ ਆ ਲਾ ਲਓ ਆਪਾਂ ਬਿਰਲੀ ਕਹਿ ਦਿੰਦੇ ਆ ਵੀ ਪਨੀਰੀ ਫਿਰ ਪ੍ਰੋਬਲਮ ਆਉਂਦੀ ਆ ਨਦੀਰ ਵਗੈਰਾ ਪਟਾਈ ਹਾਂ ਵੀਰੇ ਪਟਾਈ ਕਰਵਾਉਂਦੇ ਆ ਹੁਣ ਇਦੋਂ ਬਾਅਦ ਲਾ ਲਓ ਮਹੀਨੇ ਤੋਂ ਬਾਅਦ ਕੰਮ ਚੱਲ ਪੈਣਾ ਵੀਰੇ ਮਹੀਨਾ ਮਹੀਨਾ ਡੇਢ ਮਹੀਨਾ ਮਹੀਨਾ 10-10 ਲੇਬਰ ਵਾਲੀਆਂ ਬੁੜੀਆਂ 10-15 ਬੁੜੀਆਂ ਚੱਲਦੀਆਂ ਬਾਈ ਇੱਕ ਕੰਮ ਨਾਲ ਹੋਰ 10 ਘਰਾਂ ਦਾ ਰੋਜ਼ਗਾਰ ਚੱਲਦਾ ਹਾਂ ਰੋਜ਼ਗਾਰ ਚੱਲਦਾ ਵੀਰੇ ਰੋਜ਼ਗਾਰ ਤਾਂ ਹੁਣ ਉਹ ਲੇਬਰ ਦਾ ਚੱਲ ਪੂ ਉਸ ਤੋਂ ਬਾਅਦ ਬਾਈ ਪਟਾਈ ਦਾ ਚੱਲ ਪੈਣਾ ਪਟਾਈ ਵਾਲੇ ਲਾ ਲਓ ਜਦੋਂ ਚੱਲ ਪੈਣਾ ਉਹ ਬੰਦੇ ਹੱਥਾਂ ਦੇ ਹਿਸਾਬ ਨਾਲ ਪੱਟ ਕੇ ਝਾੜ ਕੇ ਦਿੰਦੇ ਆ ਉਹਨਾਂ ਦਾ ਵੀ ਰੋਜ਼ਗਾਰ ਚੱਲਦਾ ਹੈ ਜੇ ਤੁਸੀਂ ਪੱਤੀ ਪੱਤਰ ਤੇ ਪਨੀਰੀਆਂ ਬੀਜਦੇ ਹੋ ਤਾਂ ਨਾਲ 10 ਘਰਾਂ ਦਾ 10 ਚੁੱਲੇ ਹੋਰ ਵੀ ਚੱਲਦੇ ਵੀਰੇ ਚੱਲਦੇ ਬਹੁਤ ਜ਼ਿਆਦਾ ਚਲੋ ਹੋਰਾਂ ਨੂੰ ਵੀ ਰੋਜ਼ਗਾਰ ਮਿਲਦਾ ਹੈ ਨਾ ਹਾਂਜੀ 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 ਲੋਕੇਸ਼ਨ ਬਾਈਆਂ ਨੂੰ ਹੋਰ ਦੱਸ ਦਿਓ ਵੀਰੇ ਮੇਨ ਰੋਡ ਰੋੜੀ ਰੋਡ ਤੇ ਆ ਬੱਸ ਸਟੈਂਡ ਦੇ ਬਿਲਕੁਲ ਕਾਰਨਰ ਚ ਖੁੰਝੇ ਦੇ ਵਿੱਚ ਆ ਗਿਆ ਲਾ ਲਓ ਤੇ ਸਿਨੇਮੇ ਦੇ ਨਾਲ ਹਾਂ ਸਿਨੇਮੇ ਗੋਲਡਨ ਸਿਨੇਮੇ ਦੇ ਨਾਲ ਵਧੀਆ ਕੁਆਲਿਟੀ ਦੇ ਵਧੀਆ ਬੀਜ ਤੇ ਵਧੀਆ ਪਨੀਰੀ ਤੁਹਾਨੂੰ ਮਿਲੂਗੀ ਤਕਰੀਬਨ ਇਹ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਆ ਤਕਰੀਬਨ ਵੀਰੇ ਹੁਣ ਤੁਸੀਂ ਇਹ ਲਾ ਲਓ ਅੱਜ 15 ਅਕਤੂਬਰ ਅੱਜ ਜਿਵੇਂ ਤੁਸੀਂ ਪਨੀਰੀ ਛਿੜਕਤੀ ਅਕਤੂਬਰ ਹੋ ਗਈ ਤੇ 15 ਦਸੰਬਰ ਤੋਂ ਪਹਿਲਾਂ ਹੀ ਤਿਆਰ ਹੋ ਜੂ 5-4 ਦਿਨ ਠੀਕ ਹੈ ਨਾ 15 ਦਸੰਬਰ ਤਾਂ ਐਂਡ ਹੀ ਮੰਨਦੇ ਆ ਵੀ ਅਸੀਂ ਐਂਡ ਤਿਆਰ ਹੋ ਜਾਂਦੀ ਆ 15 ਦਸੰਬਰ ਦਾ ਜੇ ਕਿਵੇਂ ਮਾੜੀ ਤੋਂ ਮਾੜੀ ਰਹੇ ਜੇ ਕਿਸੇ ਦੀ ਉਹ ਵੀ ਤਿਆਰ ਹੋ ਜਾਂਦੀ ਆ ਠੀਕ ਹੈ ਨਾ ਗੱਲ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਈ ਜੀ ਧੰਨਵਾਦ ਬਾਈ ਕਾਲਾ ਸੰਧੂ ਸਾਡੇ ਕੋਲੇ ਪਹੁੰਚਣ ਦੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ